ਉਪਰੋਂ ਓ ਭਾਈ ਖਲੋਈ ਜਰਾ ਕੌਣ ਹੈ ਕਾਫਰ ਅਲਫੋਂ ਹੋਵਾਂ ਬੇ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਗੁਲਾਮਾਂ ਦੇ ਗੁਲਾਮਾਂ ਦੀ ਗੁਲਾਮੀ ਕਰਦਿਆਂ ਹੋਇਆਂ ਵਫਾ ਦੀ ਰੀਤ ਚੱਲੀ ਸੀ ਪਾਕਿਸਤਾਨ ਚੋਂ ਬਲਕਿ ਬਾਹਰੋਂ ਵੀ ਲੋਕ ਆਉਂਦੇ ਨੇ ਲੱਗਦੇ ਪੈ ਨੇ ਜਿਹੜੇ ਸਾਨੂੰ ਰਗੜੇ ਪਿੱਛੇ ਤੂੰ ਏ ਕੂੜ ਦੀ ਗੱਡ ਦੇ ਜੂਲੇ ਥੱਲੇ ਸਾਡੀ ਤੋਂ ਸਵਰਨ ਵੀ ਕਰ ਸਕਦੇ ਨਹੀਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਲੰਘ ਜਾਣ ਦੀ ਕੌਣ ਹਾਂਜੀ ਨਹੀਂ ਆਜੋ ਆਪਾਂ ਚੱਲਦੇ ਗੱਲ ਕਰਦੇ ਹਾਂ ਸਾਬਰ ਸਾਹਿਬ ਹਾਂਜੀ ਅਤੇ ਸਾਬਰ ਸਾਹਿਬ ਜਿਵੇਂ ਪਤਾ ਹਾਂਜੀ ਬੁੱਲੇ ਸ਼ਾਹ 6 ਸਾਲ ਦੇ ਸੀ ਜਦੋਂ ਇੱਥੇ ਆਏ ਜੀ ਹਾਂ ਆਪਣੇ ਵਾਲਦ ਸਾਹਿਬ ਉਹਨਾਂ ਦੇ ਜਿਹੜੇ ਉਹਨਾਂ ਦਾ ਦਰਬਾਰ ਹੈ ਬੁੱਲੇ ਸ਼ਾਹ ਸਖੀ ਮੁਹੰਮਦ ਦਰਵੇਸ਼ ਜੀ ਹਾਂਜੀ ਉਹਨਾਂ ਦੇ ਪਿਤਾ ਜੀ ਹਾਂਜੀ 10 ਅਕਤੂਬਰ ਨੂੰ ਮੇਲਾ ਲੱਗਦਾ ਇੱਥੇ ਨਾਲ ਮੈਂ ਉੱਥੇ ਪ੍ਰੋਗਰਾਮ ਵੀ ਕਰਾਉਣਾ ਮੁਸ਼ਾਇਰਾ ਹੁੰਦਾ ਬੜਾ ਪੂਰੇ ਪਾਕਿਸਤਾਨ ਚੋਂ ਬਲਕਿ ਬਾਹਰੋਂ ਵੀ ਲੋਕ ਆਉਂਦੇ ਨੇ ਹਾਂਜੀ 10 ਅਕਤੂਬਰ ਅੱਸੂ ਦੀ ਪੰਜੀ ਅਤੇ 10 ਅਕਤੂਬਰ ਫਿਰ ਤਾਂ ਬਹੁਤ ਜ਼ਿਆਦਾ ਇਹ ਬਾਬਾ ਬੁੱਲੇ ਸ਼ਾਹ ਦੇ ਵਾਲਦ ਸਾਹਿਬ ਉਹ ਲਿਖਿਆ ਸਖੀ ਮੁਹੰਮਦ ਦਰਵੇਸ਼ ਅੱਛਾ ਜੀ ਵਾਲਦ ਮਾਜਦ ਮੁਹੰਮਦ ਲਾਲ ਮਰੂਫ ਬਾਬਾ ਬੁੱਲੇ ਸ਼ਾਹ ਪਾਂਡੋਕੀ ਆਪਾਂ ਹਾਂਜੀ ਜੁੱਤੀਆਂ ਲਾਈਏ ਫਿਰ ਜਾਣਾ ਜੇਗਾ ਜਾਣਾ ਤੁਸੀਂ ਦੱਸੋ ਆਪਾਂ ਉਵੇਂ ਕਰ ਲਾਂਗੇ ਬਸ ਠੀਕ ਹੈ ਹਾਂਜੀ ਮਿੱਠੇ ਚੌਲ ਮਿੱਠੇ ਚੌਲ ਵੰਡਦੇ ਥੋੜਾ ਅੱਗੇ ਹੋ ਜਾਓ ਹਾਂਜੀ ਇੱਧਰ ਹੋਰ ਆ ਜਾਓ ਹਾਂਜੀ ਇਹ ਛੋਟਾ ਜਿਹਾ ਤੋਹਫਾ ਤੁਹਾਡੇ ਲਈ ਅਸੀਂ ਲੈ ਕੇ ਆਏ ਸੀਗੇ ਪੰਜਾਬ ਤੋਂ ਤੁਸੀਂ ਆ ਇੱਧਰ ਲੈ ਲੋ ਇਹਨਾਂ ਨੇ ਤੁਹਾਨੂੰ ਪੜ੍ਹਿਆ ਸੀਗਾ ਅਤੇ ਜਦੋਂ ਗੱਲਾਂ ਬਾਤਾਂ ਘਰੇ ਹੁੰਦੀਆਂ ਸੀਗੀਆਂ ਅਤੇ ਲਾਸਟ ਈਅਰ ਜਦੋਂ ਅਸੀਂ ਪੰਜਾਬ ਗਏ ਤਾਂ ਉਦੋਂ ਅਸੀਂ ਉੱਥੋਂ ਕਿਤਾਬਾਂ ਲੈ ਕੇ ਆਉਂਦੇ ਹਾਂ ਉਹਦੇ ਵਿੱਚ ਮੇਰੇ ਕੋਲ ਸਾਬਰ ਅਲੀ ਇਹ ਬਸ ਹਾਂ ਵੀ ਆਪ ਇਹ ਤਾਂ ਲੈ ਹੀ ਲੈ ਹਾਂਜੀ ਉਦੋਂ ਸਾਰੀ ਕਲੈਕਸ਼ਨ ਲੈ ਕੇ ਆਈ ਸੀਗੀ ਅਤੇ ਜਦੋਂ ਦਾ ਫਿਰ ਸਾਨੂੰ ਸੀਗਾ ਕਿ ਪਾਕਿਸਤਾਨ ਜਾਣਾ ਅਤੇ ਸਭ ਤੋਂ ਪਹਿਲਾਂ ਫਿਰ ਇਹਨਾਂ ਦਾ ਇਹੀ ਸੀਗਾ ਵੀ ਸਾਬਰ ਅਲੀ ਸਾਹਿਬ ਅੰਜਮ ਅਲੀ ਸਾਹਿਬ ਨੂੰ ਵੀ ਮੈਂ ਅੰਜਮ ਗਿੱਲ ਸਾਹਿਬ ਨੂੰ ਮੈਂ ਕਿਹਾ ਮਹਾਂ ਵੀ ਸਾਬਰ ਜੀ ਉਹ ਕਹਿੰਦਾ ਇੱਥੇ ਨੇੜੇ ਨੇ ਆਪਾਂ ਜ਼ਰੂਰ ਹੋਵਾਂਗੇ ਅਤੇ ਸਾਨੂੰ ਵਧੀਆ ਲੱਗਿਆ ਅਤੇ ਆਪਣਾ ਹੋ ਜੇ
ਜਿਹੜਾ ਸਾਨੂੰ ਇੱਥੇ ਤੱਕ ਖਿੱਚ ਕੇ ਲੈ ਗਿਆ ਤੁਹਾਡੀ ਨਜ਼ਮ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿਲਦਾ ਕੀ ਸਮਝਾਂ ਫਿਰ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏ ਲੱਗਦੇ ਪੈ ਨੇ ਜਿਹੜੇ ਸਾਨੂੰ ਰਗੜੇ ਪਿੱਛੇ ਤੂੰ ਏ ਮਸਜਿਦ ਮੰਦਰ ਤੇ ਗਿਰਜੇ ਦੇ ਝਗੜੇ ਪਿੱਛੇ ਤੂੰ ਏ ਇੰਨੇ ਖੂਨ ਖਰਾਬੇ ਦੇ ਵਿੱਚ ਤੈਨੂੰ ਕੀ ਏ ਮਿਲਦਾ ਰੱਬਾ ਤੇਰੇ ਹੁਕਮ ਬਿਨਾ ਜੇ ਪਤਾ ਵੀ ਨਹੀਂ ਹਿਲਦਾ ਐਸੀ ਤੈਸੀ ਰੰਗਤ ਮਹਿਕ ਨਫਾਸਤ ਉਹਦੇ ਬੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਹੈ ਫੁੱਲਾਂ ਦੀ ਸਾਰੀ ਉਮਰ ਸਜ਼ਾ ਭੁਗਤਣੀ ਪੈਂਦੀ ਹੈ ਅਕਸਰ ਵਕਤੋਂ ਪਹਿਲਾਂ ਹੋਈਆਂ ਭੁੱਲਾਂ ਤੇ ਯਾਰਾਂ ਮੇਰੇ ਗੱਲ ਦੀ ਫਾਈ ਬਣਾ ਲਈ ਹੈ ਮੇਰੇ ਵੱਲੋਂ ਦਿੱਤੀਆਂ ਗਈਆਂ ਖੁੱਲਾਂ ਮੈਂ ਪੱਥਰ ਦੀ ਬੇੜੀ ਲੈ ਕੇ ਟੁਰਿਆ ਵਾਂ ਮੈਂ ਪੱਥਰ ਦੀ ਬੇੜੀ ਲੈ ਕੇ ਟੁਰਿਆ ਵਾਂ ਮੈਨੂੰ ਕੀ ਪਰਵਾਹ ਹੈ ਛੱਲਾ ਛੁੱਲਾ ਦੀ ਰੱਬ ਦੇ ਨਾਂ ਤੇ ਬੰਦੇ ਮਾਰੀ ਜਾਣਾ ਏ ਤੇਰੇ ਪੰਡਿਤ ਫਾਦਰ ਦੀ ਤੇ ਮੁੱਲਾ ਦੀ ਨਹੀਂ ਉਹਨੇ ਅਸਲ ਚ ਉਹਨਾਂ ਨੂੰ ਮਤਲਬ ਪਸੰਦ ਆਇਆ ਸੀ ਰੰਗਤ ਮਹਿਕ ਨਫਾਸਤ ਉਹਦੇ ਬੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਹੈ ਫੁੱਲਾਂ ਦੀ ਉਹਨਾਂ ਕਿਹਾ ਕਿ ਸਾਨੂੰ ਇਹ ਫਿਲਮ ਚ ਗੀਤ ਬਣਾ ਕੇ ਦੇ ਫਿਰ ਉਹਨਾਂ ਨੂੰ ਗੀਤ ਬਣਾ ਕੇ ਦਿੱਤਾ ਸੀ ਥੱਲੇ ਅੰਤਰੇ ਦਿੱਤੇ ਹੋਰ ਇਹ ਤੇ ਗਜ਼ਲ ਹੈ ਨਾ ਹਾਂਜੀ ਹਾਂਜੀ ਲੋਕਾਂ ਦੇ ਕਰੀਬ ਹਿਸਾਬ ਨਾਲ ਆਪਾਂ ਨੂੰ ਸੁਣਾਉਣਾ ਪੈਂਦਾ ਵੀ ਇਹਨਾਂ ਨੂੰ ਆਹ ਪਸੰਦ ਆਊਗਾ ਜਿਹੜਾ ਤੁਹਾਡੇ ਅੰਦਰ ਜਿਹੜੀ ਉਹ ਆ ਨਾ ਉਹ ਅਸੀਂ ਆਲਰੇਡੀ ਪਹਿਲਾਂ ਵੀ ਬੜੀਆਂ ਮਸ਼ਹੂਰ ਨੇ ਜੋ ਅੱਖਾਂ ਨੀਵੀਆਂ ਨੇ ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ਤੇ ਕੰਧਾਂ ਨੂੰ ਸੁਣਾਣੀ ਹੈ ਬੜੀ ਲੰਮੀ ਕਹਾਣੀ ਜੋ ਅੱਖਾਂ ਨੀਵੀਆਂ ਨੇ ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ਤੇ ਕੰਧਾਂ ਨੂੰ ਸੁਣਾਣੀ ਹੈ ਬੜੀ ਲੰਮੀ ਕਹਾਣੀ ਹੈ ਮੇਰਾ ਮਤਲਬ ਕਿ ਪਲਕਾਂ ਮੁੱਢ ਜੰਮੀ ਲੂਣੀਆਂ ਬਰਫਾਂ ਦੀ ਜਿਹੜੀ ਤੈ ਪੁਰਾਣੀ ਹੈ ਬੜੀ ਲੰਮੀ ਕਹਾਣੀ ਮੇਰਾ ਮਤਲਬ ਕਿ ਪਲਕਾਂ ਮੁੱਢ ਜੰਮੀ ਲੂਣੀਆਂ ਬਰਫਾਂ ਦੀ ਜਿਹੜੀ ਤੈ ਪੁਰਾਣੀ ਹੈ ਬੜੀ ਲੰਮੀ ਕਹਾਣੀ ਗੁਲਾਮਾਂ ਦੇ ਗੁਲਾਮਾਂ ਦੀ ਗੁਲਾਮੀ ਕਰਦਿਆਂ ਹੋਇਆਂ ਵਫਾ ਦੀ ਰੀਤ ਚੱਲੀ ਸੀ ਜਵਾਨੀ ਬੀਤ ਚੱਲੀ ਸੀ ਕਿਸੇ ਜੁਗਨੂ ਨੇ ਦੱਸਿਆ ਇਹ ਹਨੇਰਾ ਨਾਲ ਨਹੀਂ ਜੰਮਿਆ ਤੇਰੇ ਪੁਰਖਾਂ ਦਾ ਹਾਣੀ ਬੜੀ ਲੰਮੀ ਕਹਾਣੀ ਗੁਲਾਮਾਂ ਦੇ ਗੁਲਾਮਾਂ ਦੀ ਗੁਲਾਮੀ ਕਰਦਿਆਂ ਹੋਇਆਂ ਵਫਾ ਦੀ ਰੀਤ ਚੱਲੀ ਸੀ ਜਵਾਨੀ ਬੀਤ ਚੱਲੀ ਸੀ ਕਿਸੇ ਜੁਗਨੂ ਨੇ ਦੱਸਿਆ ਏ ਹਨੇਰਾ ਨਾਲ ਨਹੀਂ ਜੰਮਿਆ ਤੇਰੇ ਪੁਰਖਾਂ ਦਾ ਹਾਣੀ ਬੜੀ ਲੰਮੀ ਕਹਾਣੀ ਇਸ਼ਾਈਆਂ ਨੂੰ ਬਚਾਵਣ ਲਈ ਜੋ ਸਾਵੇ ਲਾਲ ਕਾਲੇ ਝੰਡਿਆਂ ਦੇ ਨਾਲ ਖਹਿੰਦੇ ਨੇ ਤੇ ਸਾਨੂੰ ਯਾਰ ਕਹਿੰਦੇ ਨੇ ਈਸਾਈਆਂ ਨੂੰ ਬਚਾਵਣ ਲਈ ਜੋ ਸਾਵੇ ਲਾਲ ਕਾਲੇ ਝੰਡਿਆਂ ਦੇ ਨਾਲ ਕਹਿੰਦੇ ਨੇ ਤੇ ਸਾਨੂੰ ਯਾਰ ਕਹਿੰਦੇ ਨੇ ਅਸੀਂ ਇਹ ਸਮਝਦੇ ਕਿਉਂ ਨਹੀਂ ਕਿ ਸਾਡੇ ਖੂਨ ਪਾਣੀ ਤੇ ਇਹਨਾਂ ਦਾ ਤੇਲ ਪਾਣੀ ਬੜੀ ਲੰਮੀ ਕਹਾਣੀ ਕਦੇ ਤੂੰ ਮੈਂ ਅਕਸਰ ਸੋਚਦਾ ਰਹਿੰਦਾ ਹਾਂ ਮੈਂ ਅਕਸਰ ਸੋਚਦਾ ਰਹਿੰਦਾ ਖੁਦਾ ਤਸਲੀਮ ਕੀਤਾ ਏ ਖੁਦਾ ਤਸਲੀਮ ਨਹੀਂ ਕਰਦਾ ਜਮਾਂ ਤਕਸੀਮ ਨਹੀਂ ਕਰਦਾ ਮੈਂ ਅਕਸਰ ਸੋਚਦਾ ਰਹਿੰਦਾ ਖੁਦਾ ਤਸਲੀਮ ਕੀਤਾ ਤਸਲੀਮ ਕਹਿਣਾ ਹੁੰਦਾ ਮੰਨ ਲੈਣਾ ਮੰਨ ਲੈਣਾ ਹਾਂਜੀ ਹਾਂਜੀ ਖੁਦਾ ਤਸਲੀਮ ਕੀਤਾ ਏ ਖੁਦਾ ਤਸਲੀਮ ਨਹੀਂ ਕਰਦਾ ਜਮਾਂ ਤਕਸੀਮ ਨਹੀਂ ਕਰਦਾ ਫਿਰ ਆਪੇ ਸਮਝ ਜਾਣਾ ਕਿ ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਹੈ ਬੜੀ ਲੰਮੀ ਕਹਾਣੀ ਮੈਂ ਅਕਸਰ ਸੋਚਦਾ ਰਹਿੰਦਾ ਖੁਦਾ ਤਸਲੀਮ ਕੀਤਾ ਏ ਖੁਦਾ ਤਸਲੀਮ ਨਹੀਂ ਕਰਦਾ ਜਮਾਂ ਤਕਸੀਮ ਨਹੀਂ ਕਰਦਾ ਫਿਰ ਆਪੇ ਸਮਝ ਜਾਣਾ ਕਿ ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਹੈ ਬੜੀ ਲੰਮੀ ਕਹਾਣੀ
ਕਦੇ ਤੂੰ ਸੋਚਿਆ ਕਿਉਂ ਨਹੀਂ ਜੇ ਹੋਰਾਂ ਵਾਂਗ ਸਾਬਰ ਵੀ ਤੇਰੇ ਕੁੰਨ ਕੁੰਨ ਤੇ ਕੰਨ ਧਰਦਾ ਜ਼ਬਰ ਨੂੰ ਜ਼ੇਰ ਨਾ ਕਰਦਾ। ਕੁੰਨ ਜਿਹੜਾ ਹੈ ਨਾ ਉਹ ਸਾਡੇ ਮੁਸਲਮਾਨਾਂ ਦੇ ਵਿੱਚ ਇੱਕ ਹੈ ਧਾਰਮਿਕ ਮਿੱਥੇ ਕਿ ਰੱਬ ਨੇ ਜਦੋਂ ਕੋਈ ਚੀਜ਼ ਬਣਾਉਣੀ ਹੁੰਦੀ ਨਾ ਉਹ ਕੁੰਨ ਕਹਿੰਦਾ ਤੇ ਹੋ ਜਾਂਦਾ। ਕੁੰਨ ਦਾ ਮਤਲਬ ਹੋ ਜਾ ਅੱਛਾ ਜੀ। ਰੱਬ ਨੇ ਜ਼ਮੀਨ ਅਸਮਾਨ ਜੋ ਜੋ ਵੀ ਚੀਜ਼ ਖਲਕੀ ਨਾ ਉਹ ਕੁੰਨ ਕਿਹਾ ਤੇ ਉਹ। ਕਦੇ ਤੂੰ ਸੋਚਿਆ ਕਿਉਂ ਨਹੀਂ ਜੇ ਹੋਰਾਂ ਵਾਂਗ ਸਾਬਰ ਵੀ ਤੇਰੇ ਕੁੰਨ ਕੁੰਨ ਤੇ ਕੰਨ ਧਰਦਾ ਜ਼ਬਰ ਨੂੰ ਜ਼ੇਰ ਨਾ ਕਰਦਾ। ਇਹ ਮੇਰਾ ਮੌਜਜ਼ਾ ਹੈ ਕਿ ਤੇਰੇ ਆਦਮ ਤੋਂ ਪਹਿਲਾਂ ਦੀ ਮੈਂ ਕੋਈ ਰਮਜ਼ ਜਾਣੀ। ਬੜੀ ਲੰਮੀ ਜ਼ਬਰ ਜ਼ੇਰ ਜਿਵੇਂ ਤੁਹਾਡੇ ਛਿੰਦੀਆਂ ਬਿੰਦੀਆਂ ਨੀ ਜੀ ਜ਼ਬਰ ਉੱਤੇ ਜ਼ੇਰ ਥੱਲੇ। ਅੱਛਾ ਹਾਂ ਅੱਛਾ ਉੱਤੇ ਜ਼ਬਰ ਜ਼ੇਰ ਥੱਲੇ ਅੱਛਾ ਜੀ ਠੀਕ ਹੈ ਜੀ। ਹਾਂਜੀ ਹਾਂਜੀ ਚਾਹ ਵੀ ਆ ਗਈ ਜੀ ਬਹੁਤ ਬਹੁਤ ਸਾਨੂੰ ਚਾਹ ਪਹਿਲੇ ਬਣਵਾਣੀ ਸੀ। ਨਹੀਂ ਨਹੀਂ ਸਾਡਾ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਵਧੀਆ ਲੱਗਿਆ ਸਾਨੂੰ ਸਾਡਾ ਆਉਣਾ ਸਫਲ ਹੋ ਗਿਆ। ਹਾਂਜੀ ਨਹੀਂ ਖਾਲੀ ਜਾਣਾ ਸੀ ਹੁਣ ਭਰ ਕੇ ਜਾਵਾਂਗੇ ਭਰੇ ਹੋਏ ਜਾ ਰਹੇ ਹਾਂ। ਹਾਂਜੀ ਇੰਨੇ ਸ਼ਬਦ ਤੁਹਾਡੇ ਕੋਲੇ ਕਿੱਡੀ ਭਾਰੀ ਗੱਡੀ ਹੈ ਹੈ ਹੁਣ ਹੈ ਵੀ ਤਵਾਰ ਹੈ ਤੇ ਘਰ ਕਿਤਾਬ ਕੋਈ ਨਹੀਂ ਇੱਕ ਮੇਰੀ ਕਿਤਾਬ ਛਪੀ ਹੈ ਨਾਲ ਗੁਰਮੁਖੀ 'ਚ ਵੀ ਹੈ ਅਤੇ ਸ਼ਾਹਮੁਖੀ 'ਚ ਵੀ ਹੈ। ਅੱਛਾ ਅੱਛਾ ਭੁੱਖ ਦੇ ਨਾਂ ਤੋਂ ਭੁੱਖ ਦੇ ਨਾਂ ਠੀਕ ਉਹ ਕਹਾਣੀਆਂ ਦੀ ਅੱਛਾ ਚਾਹੇ ਨਾਲ ਠੀਕ ਹੈ ਸਾਬਰ ਸਾਹਿਬ ਸਾਨੂੰ ਬਸ ਇਹ ਵਧੀਆ ਲੱਗਿਆ ਵੀ ਅਸੀਂ ਤੁਹਾਡੇ ਇੱਥੇ ਘਰ ਦੇ ਵਿੱਚ ਮਿਲ ਰਹੇ ਹਾਂ। ਮਿੱਠੇ ਤੋਂ ਬਗੈਰ ਹੈ ਨਾ ਚਾਹ ਜੀ ਕਿਹੜੀ ਵਿਚਕਾਰ ਕੋਈ ਚੀਜ਼ ਤੇ ਰੱਖ ਲਓ। ਅੱਛਾ ਅੱਛਾ ਇਹਦੇ ਤੇ ਰੱਖ ਲਓ ਜੋ ਦਸਤੀ ਆਵੇ। ਇਸ ਵਾਰ ਥੋੜ੍ਹੇ ਘੱਟ ਟਾਈਮ ਲਈ ਆਏ ਹਾਂ ਅਤੇ ਹੈਗੀ ਵੀ ਸਿੰਗਲ ਐਂਟਰੀ ਹੈ ਸਾਡੀ ਪਾਕਿਸਤਾਨ ਦੇ ਵਿੱਚ ਅਤੇ ਇੱਦਾਂ ਵੀ ਨੈਕਸਟ ਟਾਈਮ ਆਵਾਂਗੇ ਤਾਂ ਖੁੱਲ੍ਹਾ ਟਾਈਮ ਹੋਊਗਾ ਅਸੀਂ ਪੂਰਾ ਦਿਨ ਤੁਹਾਡੇ ਨਾਲ ਸਪੈਂਡ ਕਰਨਾ ਚਾਹਾਂਗੇ। ਹਾਂਜੀ ਮਨ ਕਰਦਾ ਵੀ ਹੋਰ ਵੀ ਟਾਈਮ ਹੁੰਦਾ ਤੁਹਾਡੇ ਨਾਲ। ਸੁਨੀਲ ਸੱਜਲ ਸੱਜਲ ਅੱਛਾ ਉਹਨੂੰ ਲੋਕਾਂ ਨੇ ਪੰਜ ਪੰਜ ਪਾਉਂਡ ਦਸ ਦਸ ਪਾਉਂਡ ਅੱਛਾ ਦੇ ਵਾਜੇ 'ਤੇ ਰੱਖੇ ਹੁਣ ਜੋ ਸਾਡੀ ਵਾਰੀ ਆਈ ਉਹ ਸਾਨੂੰ ਵੀ ਰੱਖਣ ਲੱਗ ਪਿਆ। ਅਸੀਂ ਗੁੱਸਾ ਕਰਦਾ ਫਿਰ ਨਹੀਂ ਤੁਹਾਡੀ ਮਿਹਰਬਾਨੀ ਬਾਹਰ ਕਿਤਾਬਾਂ ਲੱਗੀਆਂ ਨੇ ਉਹ ਲੈ ਸਾਡੀਆਂ ਉਹ ਭਾਵੇਂ 50 ਪਾਉਂਡ ਦੀ ਇੱਕ ਖਰੀਦ ਲਓ। ਹਾਂਜੀ 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 ਉਹ ਸ਼ਾਇਰ ਦਾ ਇੱਕ ਜਿਹੜੀ ਨਾ ਸ਼ਖਸੀਅਤ ਹੋਰ ਚੀਜ਼ ਹੁੰਦੀ। ਹਾਂਜੀ 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 ਬਿਲਕੁਲ ਉਹ ਵੇਲਾਂ ਲੈਣ ਵਾਲਾ ਕੰਮ ਨਹੀਂ ਹੁੰਦਾ ਉਹਦੇ 'ਚ ਉਹਦੀ ਬਰਦਾਸ਼ਤ ਕਰਦਾ। ਬਿਲਕੁਲ ਉਹ ਹੁਣ ਮਿਸਾਲ ਦੇ ਤੌਰ 'ਤੇ ਸਰਕਾਰ ਵੀ ਉਹ ਰਾਈਟਰਜ਼ ਫੰਡ ਵੀ ਆਉਂਦਾ ਮੈਂ ਤੇ ਬਾਬਾ ਨਜ਼ਮੀ ਆ ਜਿਹੜੇ ਨਹੀਂ ਲੈਂਦੇ। ਅੱਛਾ ਅੱਛਾ ਸਾਹਿਬ ਸਾਹਿਬ ਇੱਕ ਹੋਰ ਗੱਲ ਕਰਦੇ ਬਾਬਾ ਬੁੱਲੇ ਸ਼ਾਹ ਦਾ ਪਿੰਡ ਵੀ ਇਹੀ ਹੈ। ਹਾਂਜੀ ਹਾਂਜੀ ਅੱਛਾ ਉਹਨਾਂ ਦਾ ਜਨਮ ਹੋਇਆ। ਹਾਂਜੀ ਹਾਂਜੀ ਉਹਦੇ ਬਾਰੇ ਥੋੜਾ ਦੱਸੋ ਕਿਵੇਂ ਆ। ਇਹ ਪਾਂਡੋ ਕੀ ਬੁੱਲੇ ਸ਼ਾਹ ਦੀ ਉਮਰ ਦੱਸਦੇ ਨੇ ਕਿ 6 ਸਾਲ ਸੀ ਜਦੋਂ ਪਾਂਡੋ ਕੀ ਆਏ। ਅੱਛਾ ਜੀ ਹਾਂ ਪਾਂਡੋ ਕੀ ਤੇ ਫਿਰ ਇੱਥੇ ਹੀ ਲੜਕਪਨ ਜਿਹੜਾ ਹੈ। ਅੱਛਾ ਇੱਥੇ ਵੀ ਉਹਨਾਂ ਦਾ ਇੱਥੇ ਗੁਜ਼ਰਿਆ ਫਿਰ ਕਸੂਰ ਗਏ ਸੀ। ਓਕੇ ਤੇ ਉਹਨਾਂ ਦੇ ਵਾਲਦ ਸਾਹਿਬ ਦੀ ਜਿਹੜੀ ਕਬਰ ਹੈ ਉਹ ਕਿੱਥੇ ਆ ਸਾਹਮਣੇ ਉੱਥੇ ਦਰਬਾਰ ਜਿਹੜਾ ਹੈ ਉਹਨਾਂ ਸਖੀ ਮੁਹੰਮਦ ਦਰਵੇਸ਼ ਦਾ ਇਹ ਉਹਨਾਂ ਦੇ ਵਾਲਦ ਸਾਹਿਬ ਇਹ 80-25-10 ਅਕਤੂਬਰ ਨੂੰ ਮੇਲਾ ਲੱਗਦਾ। ਤੇ 10 ਅਕਤੂਬਰ ਨੂੰ ਫਿਰ ਮੈਂ ਪਿਛਲੇ 15 ਸਾਲ ਤੋਂ ਪ੍ਰੋਗਰਾਮ ਵੀ ਕਰਵਾ ਰਿਹਾ ਸਾਹਿਤਕ ਮੇਰਾ ਮਤਲਬ ਮੁਸ਼ਾਇਰਾ ਹੁੰਦਾ ਉਹਦੇ ਚ ਮੁਸੀਕੀ ਹੁੰਦੀ ਗੱਲਬਾਤ ਹੁੰਦੀ ਹੈ ਥੀਏਟਰ ਵੀ ਹੁੰਦਾ ਕਦੀ ਕਦੀ। ਹਾਂ ਉਹ ਸਾਲ ਪਿੱਛੋਂ ਫਿਰ ਜਿਹੜਾ ਨਾ ਇੱਕ ਲੋਕਾਂ ਨੂੰ ਲੋਕ ਇਕੱਠੇ ਹੋਏ ਹੁੰਦੇ ਨੇ ਅਸਲ 'ਚ ਜਿਹੜੇ ਮੇਰਾ ਮਤਲਬ ਪਿੰਡਾਂ ਥਾਵਾਂ ਦੇ ਜ਼ਿਆਦਾਤਰ ਉਹਨਾਂ ਨੂੰ ਫਿਰ ਜਿੰਨਾ ਹੋ ਸਕੇ ਕੋਈ ਮੈਸੇਜ ਪਹੁੰਚ ਜਾਵੇ। ਅੱਛਾ ਅੱਛਾ ਹਾਂ ਬਾਬੇ ਦਾ ਇੱਥੇ ਤੁਸੀਂ ਸ਼ਾਇਦ ਨਜ਼ਰ ਨਹੀਂ ਪਈ ਹੋਣੀ ਮੈਂ ਪਹਿਲਾਂ ਵਾਲ ਚਾਕਿੰਗ ਕਰਦਾ ਰਿਹਾ ਬੁੱਲੇ ਸ਼ਾਹ ਦੀ ਬਾਬੇ ਦੇ ਸ਼ੇਰ ਜਿਹੜੇ ਸੀ ਨਾ 94 ਅੱਛਾ ਕੰਨਾਂ 'ਤੇ ਲਿਖ ਦਿੰਦਾ ਹੁੰਦਾ ਹਾਂ
अच्छा जी हां जदो प्रोग्राम तो पहलो ਕੀ ਕਹਿੰਦੇ ਸੀ ਵਾਲ ਚੈੱਕ 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 ਆ ਵਾਲ ਚੈਕਿੰਗ ਵਾਲ ਚੈੱਕ ਚੈੱਕ ਦੇ ਨਾਲ ਲਿਖਦੇ ਆ ਫਿਰ ਉਹਨੂੰ ਫਲੈਕਸ ਵੀ ਬਣਵਾ ਕੇ ਰਿਕਸ਼ਾ ਪਿੱਛੇ ਵੀ ਲਾਈਦੇ ਨੇ ਯਾਨੀ ਜਿੰਨਾ ਹੋ ਸਕੇ ਬੁੱਲੇ ਸ਼ਾਹ ਦਾ ਜਿਹੜਾ ਉਹ ਕਲਾਮ ਹੈ ਜਿਹੜਾ ਸੁਲਾ ਕੁੱਲ ਵਾਲਾ ਹਾਂਜੀ ਹਾਂਜੀ ਉਹ ਆਮ ਕਰਨ ਦੀ ਕੋਸ਼ਿਸ਼ ਤੁਸੀਂ ਬੁੱਲੇ ਸ਼ਾਹ ਬਾਬਾ ਬੁੱਲੇ ਸ਼ਾਹ ਦੇ ਤੇ ਲਿਖੀ ਸੀ ਨਾ ਨਜ਼ਮ ਇੱਕ ਤਾਂ ਹਾਂ ਬਾਬਾ ਬੁੱਲੇ ਸ਼ਾਹ ਦੇ ਜਿਹੜੇ ਨਜ਼ਮ ਉਹ ਸੁਣਾਓ ਬੁੱਲਿਆ ਲੋਕੀ ਲੁੱਟੀ ਜਾਵਨ ਪੜ ਪੜ ਅਸਤਗਫਾਰ ਬੁੱਲਿਆ ਲੋਕੀ ਲੁੱਟੀ ਜਾਵਨ ਪੜ ਪੜ ਅਸਤਗਫਾਰ ਰੋਜ਼ੇ ਹੱਜ ਜ਼ਕਾਤ ਨਮਾਜ਼ਾਂ ਬਖਸ਼ਿਸ਼ ਦੇ ਸਭ ਹੀਲੇ ਕਰ ਕਰਕੇ ਬਖਸ਼ਾਈ ਜਾਵਨ ਘੜ ਘੜ ਨਵੇਂ ਵਸੀਲੇ ਅੰਦਰ ਬੈਠਾ ਪਾਪ ਦਾ ਫਨੀਅਰ ਕਿਹੜਾ ਜੋਗੀ ਕੀਲੇ ਜੁਰਮਾਂ ਦੇ ਦਰਵਾਜ਼ੇ ਖੁੱਲ੍ਹੇ ਧਰਮਾਂ ਦੇ ਦਰਬਾਰ ਬੁੱਲਿਆ ਲੋਕੀ ਲੁੱਟੀ ਜਾਵਨ ਪੜ ਪੜ ਅਸਤਗਫਾਰ ਬੁੱਲਿਆ ਆ ਤੇ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਬਾਬੇ ਦੀ ਕਾਫੀ ਹੈਗੀ ਮੈਂ ਬੇਕੈਦ ਨਾ ਮੈਂ ਮੋਮਨ ਨਾ ਮੈਂ ਕਾਫਰ ਨਾ ਸੈਦੀ ਨਾ ਸੈਦ ਚੌਦੀ ਤਬਕੀ ਸੈਰ ਸਾਡਾ ਕਿਤੇ ਨਾ ਹੋਈਏ ਕੈਦ ਬੁੱਲਿਆ ਆ ਤੇ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਕਿਉਂ ਗੰਗਾ ਵਿੱਚ ਗੋਤੇ ਖਾਈਏ ਕਿਉਂ ਕਰ ਜਾਈਏ ਮੱਕੇ ਮੌਨ ਮਨਾ ਕੇ ਫਿਰੀਏ ਕਾਨੂੰ ਰੱਖੀਏ ਪੰਜੇ ਕੱਕੇ ਕਾਫਰ ਕਹੀਏ ਕੁੱਲ ਦੀ ਗੱਲ ਕਰਨ ਤੋਂ ਜਿਹੜਾ ਡੱਕੇ ਖੂਹ ਦੇ ਡੱਡੂ ਵਰਗਾ ਜੀਵਨ ਕਿਉਂ ਕਰ ਹੋਰ ਹੰਢਾਈਏ ਬੁੱਲਿਆ ਆ ਤੇ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਸ਼ਕ ਹੋਇਓ ਰੱਬ ਦਾ ਕੋਈ ਮਲਾਮਤ ਲਾਖ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਜਿਹੜੇ ਖੁਦ ਕਾਫਰ ਨੇ ਤੈਨੂੰ ਕਾਫਰ ਕਾਫਰ ਆਖਦੇ ਕਾਫਰ ਕਾਫਰ ਨਹੀਂ ਹੈਗਾ ਵਿੱਚ ਕੋਮਾ ਹੈ ਅੱਛਾ ਤੈਨੂੰ ਕਾਫਰ ਕਾਫਰ ਆਖਦੇ ਹਾਂਜੀ ਕਾਫਰ ਨੇ ਉਹੀ ਕਾਫਰ ਹਾਂ ਮੈਂ ਸਮਝ ਗਿਆ ਅੱਛਾ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਆਹੋ ਆਹੋ ਕਹਿ ਕੇ ਜੇਕਰ ਮੈਂ ਵੀ ਟਾਲ ਗਿਆ ਬਲਦਾ ਕਿੰਜ ਰਵੇਗਾ ਜੋ ਤੂੰ ਦੀਵਾ ਬਾਲ ਗਿਆ ਜੇ ਇਹ ਭੇਤ ਨਾ ਖੁੱਲ੍ਹਾ ਤੇ ਫਿਰ ਮੇਰਾ ਹਾਲ ਗਿਆ ਸੱਚ ਦਾ ਮੱਚ ਮਚਾਵਾਂ ਜਾਂ ਫਿਰ ਅਲਫੋਂ ਹੋਵਾਂ ਬੇ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਹੋਰ ਵੀ ਇਹਦੇ ਹੈ ਸਨ ਬੰਦ ਕਾਫੀ ਬੁੱਲਿਆ ਸਾਡੀ ਬੁੱਕਲ ਵਿੱਚੋਂ ਕਿਸ ਤਰ੍ਹਾਂ ਨਿਕਲੇ ਚੋਰ ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸ ਤਰ੍ਹਾਂ ਨਿਕਲੇ ਚੋਰ ਆਲ ਦੁਆਲੇ ਮੁੱਲਾਂ ਕਾਜ਼ੀ ਮੈਂ ਵਿਚਕਾਰ ਖਲੋਤਾ ਜਰਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ ਜਰਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ ਗਲ ਪਿਆ ਢੋਲ ਜੇ ਲਾਉਣਾ ਚਾਹਵਾਂ ਪੈ ਜਾਂਦਾ ਇਹ ਸ਼ੋਰ ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸ ਤਰ੍ਹਾਂ ਨਿਕਲੇ ਚੋਰ ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਸਾਡੀ ਧੌਣ ਸੱਚ ਨਪੀਚਾ ਸ਼ਰਮਾਂ ਧਰਮਾਂ ਤੇ ਅਨਾਵਾਂ ਥੱਲੇ ਸੱਚ ਨਪੀਚਾ ਸ਼ਰਮਾ ਧਰਮਾਂ ਤੇ ਅਨਾਵਾਂ ਥੱਲੇ ਧਰਤੀ ਦੇ ਰੱਬ ਆਏ ਪੈਣੇ ਆਪ ਬਲਾਵਾਂ ਥੱਲੇ ਸੂਰਜ ਲੁੱਕਣ ਮੀਟੀ ਖੇਡੇ ਧੁੱਪਾਂ ਛਾਵਾਂ ਥੱਲੇ ਆਪਣੀ ਭਲਕ ਦੇ ਆਪਾਂ ਵੈਰੀ ਸਾਨੂੰ ਦੱਸੇ ਕੌਣ ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਸਾਡੀ ਤੌਣ ਬੁੱਲਿਆ ਅੱਜ ਵੀ ਪਾਪ ਪੜਿਆ ਨੇ ਸਾਡੀ ਅਕਲ ਗੁਆਈ ਬੁੱਲੇ ਸ਼ਾਹ ਦੀ ਕਾਫੀ ਹੈਗੀ ਹੈ ਮੈਂ ਪਾਪ ਪੜਿਆ ਤੋਂ ਨੱਸਣਾ ਵਾਂ ਪਾਪ ਪੜੇ ਮਤਲਬ ਜਿਹੜੇ ਚੌਥਾ ਹਿੱਸਾ ਪੜੇ ਨੇ ਕੰਮ ਮਿਲਿਆ ਜੀ ਅੱਛਾ ਜੀ ਬੁੱਲਿਆ ਅੱਜ ਵੀ ਪਾਪ ਪੜਿਆ ਨੇ ਸਾਡੀ ਅਕਲ ਗੁਆਈ ਮੰਨਦੇ ਨਹੀਂ ਦਲੀਲਾਂ ਅਕਲੋਂ ਬਾਹਰੇ ਗੱਲਾਂ ਕਰਦੇ ਸੱਪ ਨਾ ਵੇਖਣ ਲੀਆਂ ਕੁੱਟਣ ਇਹ ਰੀਤਾਂ ਦੇ ਵਰਦੇ
ਬੁੱਲਿਆ ਅੱਜ ਵੀ ਪਾਪ ਪੜਿਆ ਨੇ ਸਾਡੀ ਅਕਲ ਗਵਾਈ ਮੰਨਦੇ ਨਹੀਂ ਦਲੀਲਾਂ ਅਕਲੋਂ ਬਾਹਰ ਇਹ ਗੱਲਾਂ ਕਰਦੇ ਸੱਪ ਨਾ ਵੇਖਣ ਲੀਹਾਂ ਕੁੱਟਣ ਇਹ ਰੀਤਾਂ ਦੇ ਵਰਦੇ ਇਹਨਾਂ ਅੱਗੇ ਕੁਸਕ ਨਾ ਸਕੀਏ ਕਾਫਰ ਹੋਣ ਤੋਂ ਡਰਦੇ ਡਰ ਦੋਜ਼ਖ ਦਾ ਪੂਰੀ ਜਾਵੇ ਸੋਚਾਂ ਦੀ ਡੁੰਗਿਆਈ ਬੁੱਲਿਆ ਅੱਜ ਵੀ ਪਾਪ ਪੜਿਆ ਨੇ ਸਾਡੀ ਅਕਲ ਗਵਾਈ ਬਹੁਤ ਸ਼ੁਕਰੀਆ ਜੀ ਕਿਤਾਬ ਮੇਰੀ ਇੱਕ ਪਿਛਲੇ ਦਿਨ ਹੀ ਆਈ ਹੈ ਲਾਲ ਪੈਨਸਲ ਦੇ ਨਾਂ ਤੋਂ ਤੁਹਾਨੂੰ ਮੈਂ ਪੇਸ਼ ਕਰਨਾ ਹਾਂਜੀ ਤੇ ਲਾਲ ਪੈਨਸਲ ਪੈਨਸਲ ਤੇ ਹੈ ਕਿ ਮੈਂ ਲਾਲ ਪੈਨਸਲ ਦੀ ਕਸਮ ਖਾਣਾ ਕਬੀਰ ਬਾਦਲ ਵੀ ਕਹਿੰਦਾ ਹੋਣਾ ਤੁਹਾਡਾ ਨਾਮ ਲਾਲ ਡਾਇਰੀ ਚ ਲਿਖ ਲਿਆ ਮੈਂ ਲਾਲ ਪੈਨਸਲ ਦੀ ਕਸਮ ਖਾਣਾ ਤੁਸੀਂ ਅਸੀਂ ਉਹ ਅਸੀਂ ਤੁਸੀਂ ਹਾਂ ਤੁਸੀਂ ਸਾਥੋਂ ਨਹੀਂ ਲੁਕ ਸਕਦੇ ਅਸੀਂ ਤੁਹਾਨੂੰ ਨਹੀਂ ਭੁੱਲ ਸਕਦੇ ਤੁਸੀਂ ਵੀ ਇੱਥੇ ਅਸੀਂ ਵੀ ਇੱਥੇ ਅਸੀਂ ਤੁਹਾਨੂੰ ਜੇ ਰੜਕਣੇ ਆ ਤੇ ਗੱਲ ਕਰ ਲਓ ਕਿਉਂ ਨਹੀਂ ਕਰਦੇ ਕਿ ਗੱਲ ਹੀ ਕੋਈ ਨਹੀਂ ਜੇ ਗੱਲ ਕੋਈ ਨਹੀਂ ਤੇ ਰੌਲਾ ਕਾਹਦਾ ਹੈ ਕੋਈ ਗੱਲ ਹੈ ਆ ਤੇ ਕਰਦੇ ਕਿਉਂ ਨਹੀਂ ਕਿ ਮੂੰਹ ਨਹੀਂ ਹੈਗਾ ਮਕਾਲ ਨਾਲੋਂ ਮਕਾਲਮੇ ਦਾ ਰਿਵਾਜ ਪੈ ਜਾਏ ਤੇ ਮਾੜੀ ਗੱਲ ਹੈ ਕੋਈ ਗੱਲ ਕਰੋਗੇ ਤੇ ਗੱਲ ਬਣੇਗੀ ਨਹੀਂ ਤੇ ਇਹੋ ਹੀ ਜ਼ਲਾਲਤਾਂ ਨੇ ਅੱਗੋਂ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਤੁਸੀਂ ਵੀ ਇੱਥੇ ਅਸੀਂ ਵੀ ਇੱਥੇ ਮੈਂ ਕਿਤਾਬ ਲੈ ਆਉਂਦਾ ਹਾਂਜੀ ਮਕਾਲ ਨਾਲੋਂ ਮਕਾਲਮੇ ਦਾ ਰਿਵਾਜ ਪੈ ਜਾਏ ਤੇ ਮਾੜੀ ਗੱਲ ਹੈ ਮਕਾਲ ਨਾਲੋਂ ਡਾਇਲੌਗ ਦਾ ਰਿਵਾਜ ਪੈ ਜਾ ਗੱਲਬਾਤ ਮਕਾਲਮਾ ਹੁੰਦਾ ਹੈ ਆਪਸ ਚ ਗੱਲਬਾਤ ਕਰਨਾ ਟੇਬਲ ਟਾਕ ਹਾਂਜੀ ਟੇਬਲ ਟਾਕ ਮਕਾਲ ਨਾਲੋਂ ਮਕਾਲਮੇ ਦਾ ਰਿਵਾਜ ਪੈ ਜਾਏ ਲੜਾਈ ਝਗੜੇ ਨਾਲ ਜੇ ਟੇਬਲ ਟਾਕ ਦਾ ਰਿਵਾਜ ਪੈ ਜਾਏ ਤੇ ਮਾੜੀ ਗੱਲ ਹਾਂਜੀ ਹਾਂਜੀ ਸਾਰੇ ਹੱਲ ਹੋ ਜਾਣ ਹਾਂਜੀ ਸਾਰੇ ਹੱਲ ਹੋ ਜਾਣ ਮੈਂ ਕਿਤਾਬ ਲੈ ਆਵਾਂ ਤੁਹਾਡੇ ਵਾਸਤੇ ਲੱਗਦਾ ਹਾਂਜੀ ਹੁਣ ਅਸੀਂ ਸਾਵਰ ਸਾਹਿਬ ਨੂੰ ਮਿਲ ਲਿਆ ਅਤੇ ਮੇਰੇ ਪਿੱਛੇ ਸਾਵਰ ਸਾਹਿਬ ਆਪਣੀਆਂ ਫੋਟੋਆਂ ਵੀ ਕਰ ਰਹੇ ਨੇ ਅਤੇ ਇਸ ਤੋਂ ਬਾਅਦ ਅਸੀਂ ਆਪਣੇ ਅਗਲੇ ਸਫ਼ਰ 'ਤੇ ਜਾਵਾਂਗੇ ਹੈਂ ਬਾਲਾ ਨਹੀਂ ਓਕੇ ਹਾਂਜੀ ਹੁਣ ਅਸੀਂ ਸਾਵਰ ਸਾਹਿਬ ਨੂੰ ਮਿਲ ਲਿਆ ਅਤੇ ਸਾਵਰ ਸਾਹਿਬ ਦਾ ਜਿਹੜਾ ਪਿੰਡ ਆ ਉਹ ਬਾਬਾ ਬੁੱਲੇ ਸ਼ਾਹ ਜੀ ਦਾ ਪਿੰਡ ਵੀ ਆ ਅਤੇ ਮੇਰੇ ਐਗਜੈਕਟਲੀ ਪਿੱਛੇ ਜਿਹੜੇ ਬੁੱਲੇ ਸ਼ਾਹ ਜੀ ਦੇ ਫਾਦਰ ਸਾਹਿਬ ਨੇ ਉਹਨਾਂ ਦੀ ਦਰਗਾਹ ਮੌਜੂਦ ਹੈ ਅਤੇ ਉੱਥੇ ਸਾਵਰ ਸਾਹਿਬ ਜੀ ਆ ਹੀ ਚੁੱਕੇ ਨੇ ਅਤੇ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਜੀ ਅਤੇ ਅਗਲੀ ਵਾਰ ਅਸੀਂ ਤੁਹਾਨੂੰ ਜ਼ਰੂਰ ਮਿਲਾਂਗੇ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਤੁਹਾਡੇ ਨਾਲ ਅਸੀਂ ਬਹੁਤ ਖੁੱਲ੍ਹਾ ਸਮਾਂ ਹੋਣਾ ਚਾਹੀਦਾ ਸੀਗਾ ਸਾਡੇ ਕੋਲ ਅਤੇ ਜਿੰਨੀਆਂ ਕੁ ਵੀ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਹੈ ਨਾ ਬਹੁਤ ਕੁਛ ਤੁਹਾਡੇ ਕੋਲੋਂ ਲੈ ਕੇ ਜਾ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਹਮੇਸ਼ਾ ਆਪਣਾ ਰਾਬਤਾ ਜਿਹੜਾ ਉਹ ਕਾਇਮ ਰਹੂਗਾ ਅਤੇ ਠੀਕ ਆ ਜੀ ਸਾਵਰ ਸਾਹਿਬ ਇਜਾਜ਼ਤਾਂ ਚੰਗਾ ਮੇਰੇ ਸਾਰਾ ਪਿਆਰ ਜੀ ਬਹੁਤ ਬਹੁਤ ਮੁਹੱਬਤਾਂ ਬਸ ਮਨ ਕਰਦਾ ਸੀ ਤੁਹਾਡੇ ਕੋਲ ਹੀ ਰੁਕ ਕੇ ਜਾਵਾਂ ਹੋਰ ਕਿਤੇ ਨਾ ਜਾਵਾਂ ਬਹੁਤ ਅੱਛਾ ਜੀ ਸੁਣਨਾ ਬਾਕੀ ਰਹੇ ਕੋਈ ਨਹੀਂ ਸੁਣਦੇ ਤਾਂ ਆਪਾਂ ਰਾਬਤੇ 'ਚ ਰਹਾਂਗੇ ਵਟਸਐਪ 'ਤੇ ਇਹਨਾਂ ਦਾ ਮੈਨੂੰ ਵਟਸਐਪ ਨੰਬਰ ਠੀਕ ਹੈ ਹਾਂਜੀ ਓਕੇ ਸਰ ਚਲੋ ਨਹੀਂ 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 ਚਲ ਹੌਲੀ ਹੌਲੀ ਹੁਣ ਇੱਧਰ ਘੁਮਾ ਦੋ ਅਸੀਂ ਇੱਧਰ ਚੱਲੇ ਹਾਂ ਚਲੋ ਕਿਹਨੇ ਕਿੱਥੇ ਬਹਿਣਾ ਹੁਣ ਤੁਸੀਂ ਫੋਟੋਆਂ ਖਿੱਚੋ ਅੱਗੇ ਬਹਿ ਕੇ ਤੁਸੀਂ ਘੁਮਾ ਕੇ ਇੱਧਰ ਆ ਜਾਓ ਆਪਣੀ ਸੀਟ 'ਤੇ ਆ ਜਾਓ ਚਲੋ ਚਲੋ